ਬੇਅਦਬੀ ਹੋਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਉਹਨਾਂ ਦੇ ਜੋ ਵੀ ਦੋਸ਼ੀ ਨੇ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ। ਬਿਲਕੁਲ ਪਰੇ, ਕਿਉਂਕਿ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਸਾਡਾ ਵੀ ਕਈ ਵਾਰੀ ਸਾਨੂੰ ਵੀ ਦੁੱਖ ਲੱਗਦਾ, ਖੂਨ ਵੀ ਖੋਲਦਾ ਕਿ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ। ਭਾਵਨਾਵਾਂ ਜੁੜੀਆਂ ਹੁੰਦੀਆਂ, ਉਹ ਇੱਕ ਤੂਫਾਨ ਹੁੰਦਾ ਜਿਹੜਾ ਹੁੰਦਾ। ਪਰ ਮੇਰਾ ਖਿਆਲ ਹੈ ਕਿ ਅਸੀਂ ਜਿਵੇਂ ਅੱਜ ਅਸੀਂ ਵੀ ਰੋਸ ਪ੍ਰਦਰਸ਼ਨ ਕੀਤਾ ਸਾਰਿਆਂ ਜਣਿਆਂ ਨੇ ਰਲ ਕੇ, ਪਰ ਇੱਕ ਮੈਂ ਛੋਟੀ ਜਿਹੀ ਬੇਨਤੀ ਪੰਜਾਬ ਦੇ ਯੂਥ ਨੂੰ ਕਰਨਾ ਚਾਹੁੰਦਾ ਕਿ ਆਮ ਬੰਦੇ ਨੂੰ ਤੰਗ ਨਾ ਕੀਤਾ ਜਾਵੇ। ਹੋ ਸਕਦਾ ਕੋਈ ਬੰਦਾ ਦਵਾਈ ਲੈਣ ਜਾ ਰਿਹਾ, ਹੋ ਸਕਦਾ ਕੋਈ ਬੱਚਾ ਪੇਪਰ ਦੇਣ ਜਾ ਰਿਹਾ, ਹੋ ਸਕਦਾ ਕੋਈ ਲੇਡੀ ਬਿਮਾਰ ਹੈ। ਸੋ ਉਹਨਾਂ ਨੂੰ ਨਾ ਰੋਕਿਆ ਜਾਵੇ, ਉਹਨਾਂ ਨੂੰ ਤੰਗ ਨਾ ਕੀਤਾ ਜਾਵੇ, ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ। ਔਰ ਤਾਂ ਜੋ ਉਹ ਵੀ ਆਪਣੇ ਨਾਲ ਲੱਗ ਕੇ, ਕਿਉਂਕਿ ਮੈਂ ਕੱਲ੍ਹ ਦਾ ਦੋ ਚਾਰ ਵਾਰੀ ਸੁਣ ਰਿਹਾ ਸੀ ਕਿ ਇੱਕ ਦੋ ਆਮ ਬੰਦਿਆਂ ਨੂੰ ਜਾਣ ਨਹੀਂ ਦਿੱਤਾ, ਲੰਘਣ ਨਹੀਂ ਦਿੱਤਾ, ਦਵਾਈ ਲੈਣ ਲਈ ਲੰਘਣ ਨਹੀਂ ਦਿੱਤਾ। ਸੋ ਇਹ ਪਲੀਜ਼, ਇਹ ਚੀਜ਼ ਨਹੀਂ ਆਪਾਂ ਕਰਨੀ। ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਇਹਦਾ ਰੋਸ ਪ੍ਰਗਟ ਕਰਨਾ, ਔਰ ਡੈਫੀਨੇਟਲੀ ਆਪਾਂ ਸਾਰੇ ਇੱਕਜੁੱਟ ਇੱਕ ਆਵਾਜ਼ ਹੋਵਾਂਗੇ ਤਾਂ ਇਹਦਾ ਬਿਲਕੁਲ ਹੱਲ ਨਿਕਲੂ, ਔਰ ਕੱਢਣਾ ਪੈਣਾ ਸਾਡਾ।